ਨਮਸਤੇ ਮੈਂ ਸ਼ਾਨੀ ਰਾਜਪੂਤ ਤੇ ਤੁਸ ਦਿਖਾ ਦਿਓ ਸਿੱਧੀ ਲਕੀਰ ਦੀਆਂ ਸਿੱਧੀਆਂ ਸਿੱਧੀਆਂ ਗੱਲਾਂ ਆ ਮੈਂ ਕਠੂਆ ਦੇ ਗ్రాਂਹ ਦੇ ਵਿੱਚ ਆਈਦੀ ਹੀ ਤੇ ਇੱਥੇ ਮੀ ਇੱਕ ਬੜੀ ਸ਼ਾਲ ਚੀਜ਼ ਲੁਪੀ ਐ ਅਕਸਰ ਤੂੰ ਹੈ ਵੀ ਸਾਰਾ ਕਿ ਜਿਹੜੀ ਚਿੱਟੀ ਗੋਭੀ ਹੋਇਆ ਆਮ ਤੌਰ ਪਰ ਬਜਾਰਾਂ ਮੰਡੀਆਂ ਘਾਰ ਸਾਰੀ ਜਗ੍ਹਾ ਦਿਖਿਉਣੀ ਲੇਕਿਨ ਮੈਂ ਇੱਥੇ ਆਈ ਹੀ ਤੇ ਮੀ ਇੱਥੇ ਨੀਲੀ ਸੈਲੀ ਪੀਲੀ ਗੋਭੀ ਮਿਲੀ ਤੇ ਮੈਂ ਸੋਚਿਆ ਕਿ ਇਹਨੇ ਕਿਸਾਨ ਬਈਆ ਗਣ ਗੱਲ ਕਰਚਾ ਕਿ ਇਹ ਜਿਹੜੇ ਰੰਗ ਬਰੰਗੀ ਗੋਭੀ ਦਾ ਖਿਆਲ ਐ ਇਹ ਕਿੱਥੋਂ ਆਇਆ ਵੇਆ ਸਭ ਤੋਂ ਪਹਿਲਾਂ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਸੋਨੂ ਸਿੰਘ ਹੈ ਮੈਂ ਬਾੜ ਨੰਬਰ 6 ਕਟੂਆ ਦੇ ਰਹਿਣ ਵਾਲਾ ਤੇ ਇਹ ਜਿਹੜਾ ਤੁਸੀਂ ਰੰਗ-ਬਰੰਗ ਗੋਭੀ ਲਾਈ ਦੀ ਹੈ ਇਹ ਕਿਥੋਂ ਸ਼ੌਕ ਆਇਆ ਤੁਹਾਨੂੰ ਰੰਗ-ਬਰੰਗੀ ਗੋਭੀ ਲਾਉਣ ਦਾ ਇਹ ਸ਼ੌਕ ਕੋਈ ਪਿਛਲੇ ਸਾਲ ਵੀ ਮੈਂ ਥੋੜਾ ਜਿਹਾ ਡੈਮੋ ਲਾਇਆ ਹਾਂ ਅੱਛਾ ਪਰ ਇਹ ਇੱਥੇ ਸਾਡੇ ਜੀ ਅਣਕੇ ਦੇ ਵਿੱਚ ਸਫਲ ਹੋਈ ਹੈ ਅੱਛਾ ਤੇ ਇਸ ਵਾਰ ਮੈਂ ਥੋੜੇ ਕੋਈ 4 ਕਨਾਲ ਚ ਲਗਾ ਹੀ ਦੀ ਹੈ ਪਰ ਪਿਛਲੇ ਸਾਲ ਤੋਂ ਇਹ ਡੈਮੋ ਲਾਇਆ ਪਰ ਅਸ ਅਕਸਰ ਆਮ ਤੌਰ ਪਰ ਦੇਖਿਆ ਕਿ ਕੁਤੇ ਗੋਭੀ ਨੀਲੀ ਪੀਲੀ ਦਿਖੀ ਗਿਆ ਨਹੀਂ ਸੈਲੀ ਫਿਰ ਮਿਲਦੀ ਹੈ ਸੈਲੀ ਤੇ ਆਮ ਹੋ ਜੇ ਦੀ ਆਈ ਕਰ ਪਰ ਇਹ ਜਿਹੜੀ ਤੁਹਾਨੂੰ ਨੀਲੀ ਤੇ ਪੀਲੀ ਗੋਭੀ ਲਾਈ ਦੀ ਕੁਤੇ ਦਿਖਨੇ ਮਿਲੀ ਹੈ ਨਹੀਂ ਇਹ ਮੈਂ ਦੇਖੀ ਸੀ ਸਾਡਾ ਐਗਜ਼ੀਬਿਸ਼ਨ ਲੱਗਾ ਹਾ ਹਰਿਆਣਾ ਚ ਅੱਛਾ ਹਾਂ ਉੱਥੇ ਦੇਖੀ ਉੱਥੇ ਤੇ ਕਿਸਾਨ ਨੇ ਇੱਕ ਨਾਲ ਲੈਂਦੇ ਦੀ ਸੀ ਇਹ ਉਹ ਉਹ ਕਲਰ ਹਾ ਪੀਲਾ ਤੇ ਪਰਪਲ ਅੱਛਾ ਤੇ ਬਸ ਉਹ ਸੀ ਦੇਖੀ ਮੈਂ ਵੀ ਥੋੜਾ ਸ਼ੌਕ ਪਈ ਆ ਮੈਂ ਇੱਥੇ ਆਂ ਲਾਈਏ ਦੇਖਣਾ ਆਪਣੇ ਕਟੂਏ ਚ ਤੇ ਤੇ ਹੋਈ ਐ ਸਭ ਇਹ ਜਿਹੜਾ ਬੀ ਆ ਪਨੀਰੀ ਐ ਕੁਦਰੋਂ ਲਿਆਂਦਾ ਕੋਈ ਐਗਰੀਕਲਚਰ ਡਿਪਾਰਟਮੈਂਟ ਦੇ ਥਰੂ ਜਾਂ ਕੋਈ ਆਪੂ ਕੇ ਬੀ ਜਾਂ ਪਨੀਰੀ ਲੈਂਦੇ ਇਹ ਕੋਈ ਐਗਰੀਕਲਚਰ ਡਿਪਾਰਟਮੈਂਟ ਦੇ ਥਰੂ ਨਹੀਂ ਲਿਆਂਦਾ ਇਹ ਆਪਣਾ ਹੀ ਬੀ ਐ ਆਨਲਾਈਨ ਮੰਗਾਇਆ ਅੱਛਾ ਆਨਲਾਈਨ ਬੀਲ ਆਈ ਤੇ ਕਿੰਨੀ ਜਗ੍ਹਾ ਤੋਂ ਹੈ ਜਿਹੜੀ ਇਹ ਗੋਭੀ ਲੈ ਆ ਰਹੀ ਹੈ ਇਹ ਕੋਈ ਚਾਰਕ ਨਾਲ ਚਲਾਈ ਦੀ ਐ ਤੇ ਮਤਲਬ ਇਹ ਜਿਹੜੇ ਤੁਸੀਂ ਗੋਭੀ ਲਾਈ ਦੀ ਹੈ ਬਾਜ਼ਾਰਾ ਤੇ ਆ ਲੈ ਵੀ ਦਿਖਣੀ ਨਹੀਂ ਮਿਲਾਦੀ ਹੈ ਕਿ ਜਿਹੜੇ ਕਸਟਮਰ ਇੱਥੇ ਖੇਤਰ ਜਾਈ ਹੈ ਲੈ ਜਾਂਦੇ ਕਿ ਬਾਜ਼ਾਰਾ ਹੀ ਨਹੀਂ ਭੇਜਦੇ ਗੋਭੀ ਇਹ ਐਕਚੁਅਲੀ ਮੈਂ ਖੁਦ ਕੇ ਨਹੀਂ ਮੇਰੇ ਕੋਲ ਤਾਂ ਕਾਫੀ ਨਾ ਮਾਰਾ ਮੇਰੇ ਕੋਲ ਤਾਂ ਦੁਕਾਨ ਵੀ ਦੁਕਾਨਦਾਰ ਵੀ ਬੋਲਦੇ ਨੇ ਕਿ ਸਾਨੂੰ ਦਿਓ ਇਹੜਾ ਗੋਭੀ ਪਰ ਇਹ ਨਹੀਂ ਐਕਚੁਅਲੀ ਮੇਰੇ ਜਿਹੜੇ ਰੈਗੂਲਰ ਕਸਟਮਰ ਨੇ ਕੋਈ 4 ਸਾਲਾਂ ਨੇ ਮੇਰੇ ਕਨ ਜੁੜੇ ਦੇ ਨੇ ਤੇ ਉਹਨੇ ਕੀ ਦੇਣਾ ਚਾਹਣਾ ਮੈਂ ਅੱਛਾ ਇਹ ਉਹਨੇ ਰੈਗੂਲਰ ਕਸਟਮਰਸ ਤਾਂ ਹੀ ਗਿਆ ਤੇ ਇਹ ਜਿਹੜੇ ਉਹ ਤੁਹਾਂ ਗੋਭੀ ਲਾਈ ਰਹੀ ਹੈ ਮਿਸ ਨਾਲ ਕੀ ਕੀ ਲੋਕਾ ਰੱਖਣਾ ਹੁੰਦਾ ਕਿ ਗੋਭੀ ਆ ਰੰਗ ਬਰੰਗੀ ਟੀਐਲਆਈ ਆ ਵੀ ਫਿਲ ਕੀਤੀ ਹੁੰਦੀ ਜਾਂ ਰੰਗ ਪਾਈ ਆਪਕੇ ਪਤਾ ਗੋਭੀ ਰੰਗ ਚੜਾ ਦੇਓ ਤੇ ਬੀ ਜਿਹੜਾ ਸਪੈਸ਼ਲ ਕੋਈ ਦਾ ਨਾਮ ਆ ਜਾਂ ਕੁਝ ਹਾਂ ਇਹਦਾ ਨਾਮ ਆਇਆ ਜਿਹਾਂ ਤੋੜਾ ਪੀਲਾ ਤੁਸੀਂ ਦੇਖਿਆ ਨਾ ਫੁੱਲ ਗੋਭੀ ਉਹਦਾ ਨਾਮ ਆ ਕੈਰੋਟੀਨਾ ਅੱਛਾ ਇਹ ਕੈਰੋਟੀਨਾ ਆਨਲਾਈਨ ਵੀ ਮਗਾ ਸਕਦੇ ਉੱਤੇ ਸਰਚ ਮਾਰਿਓ ਕੈਰੋਟੀਨਾ ਕਾਲੀਫਲਾਵਰ ਅੱਛਾ ਤੋ ਹੈ ਕਿ ਪੀਲਾ ਗੋਭੀ ਆਈ ਨਾ ਉਨੇ ਪਰਪਲ ਹੈ ਦਾ ਨਾਮ ਵਾਲੇਟਿਨਾ ਅਗਰ ਤੁਸੀਂ ਵਾਲੇਟਿਨਾ ਕੁਆਲੀਫਾਈ ਕੁਆਲੀਫਾਇਰ ਫਲਾਵਰ ਉਪਰ ਤੁਸੀਂ ਸਰਚ ਮਾਰਗੇ ਤੇ ਥੋੜਾ ਪਰਪਲ ਕਲਰ ਆਈ ਅੱਛਾ ਤੇ ਇਹ ਜਿਹੜੇ ਤੁਸੀਂ ਗੋਭੀ ਲਾ ਰਹਾ ਹੈ ਤੇ ਉਨ ਮੀਨਸ ਨਾਓ ਕਿ ਇਹ ਸ਼ੜਾ ਗੋਭੀ ਲਾਣੇ ਦਾ ਕਿ ਸੋਚਦਾ ਕਿ ਹੋਰ ਵੀ ਸਬਜ਼ੀਆਂ ਜਿਹੜੀਆਂ ਦੁਹਾਈਆਂ ਰੰਗ ਬਰੰਗੀਆ ਲੈ ਆਦਿਆਂ ਮੇਰੇ ਕੋਲ ਯਾਨੀ ਕਿ ਤਾਂ ਹੈ ਕਿ ਸਾਰੀਆਂ ਸੀਜ਼ਨਲ ਸਬਜ਼ੀਆਂ ਜਿਹੜੀਆਂ ਹੁੰਦੀਆਂ ਉਹ ਤਾਂ ਹੈ ਕਿ ਸਾਰੀਆਂ ਮਿਲਗ ਉਹਨਾਂ ਆਣ ਵਾਲੇ ਟਾਈਮ ਤੇ ਜੀਆਂ ਥੋੜਾ ਗਰਮੀਆਂ ਦਾ ਸਮਾਂ ਆਈ ਹੈ ਨਾ ਤਾਂ ਹੈ ਕਿ ਖੀਰਾ ਵਾਈਟ ਕਲਰ ਦਾ ਮਿਲਗ ਤੇ ਹੈ ਕਿ ਕਰੇਲਾ ਵਾਈਟ ਕਲਰ ਦਾ ਮਿਲਗ ਤਾਂ ਹੈ ਕਿ ਟਮਾਟਰ 12 ਰੰਗ ਦੇ ਮਿਲਗ ਇੱਕੋ ਹੀ ਬੂਟੇ ਦੇ ਉੱਪਰ ਤੁਹਾਨੂੰ 12 ਰੰਗ ਦੇ 12 ਰੰਗ ਦੇ ਉਹ ਕਿਹੜੇ-ਕਿਹੜੇ ਰੰਗ ਦੇ ਹੋਗੇ ਉਹ ਯਾਨੀ ਕਿ 12 ਰੰਗ ਥੋੜਾ ਪੀਲਾ ਆਈ ਹੈ ਨਾ ਕਾਲਾ ਆਈ ਹੈ ਨਾ ਨੀਲਾ ਆਈ ਹੈ ਨਾ ਤੇ ਵਾਈਟ ਆਈ ਹੈ ਨਾ ਫਿਰ ਹੋਰ ਵੀ ਜਿਹੜਾ ਇਹ ਵੈਂਗ ਨਹੀਂ ਕਲਰ ਹੋਈ ਆ ਪਰਪਲ ਕਲਰ ਹੋਈ ਆ ਅੱਛਾ ਤੁਸੀਂ ਪਹਿਲੇ ਕੋਈ ਵੀ ਬੀ ਬੁਈ ਲਈਏ ਰੱਖੇ ਹੋ ਕਿ ਮੰਗਾਣੇ ਵੀ ਆਨਲਾਈਨ ਮੰਗਾਣੇ ਵੀ ਆਨਲਾਈਨ ਹੀ ਮੰਗਾਣੇ ਅੱਛਾ ਆਨਲਾਈਨ ਮੰਗਾਣੇ ਆ ਤੇ ਮੀ ਸੁਣੋ ਕਿ ਉਹ ਜਿਹੜਾ ਇਹ ਬਾਜ਼ਾਰ ਚ ਤੇ ਦਿਖਣੇ ਮਿਲਦਾ ਨਹੀਂ ਐ ਤੁਹਾਨੂੰ ਇਹਦੇ ਕੋਲ ਤਰਫ ਲਾਣੇ ਵਾਸਤੇ ਕੋਈ ਐਗਰੀਕਲਚਰ ਦੀ سپورਟ ਮਿਲੀ ਐ ਐਗਰੀਕਲਚਰ ਡਿਪਾਰਟਮੈਂਟ ਦੀ ਨਹੀਂ ਨਹੀਂ ਕੋਈ سپورਟ ਨਹੀਂ ਮਿਲੀ ਐ ਇੱਦਾਂ ਕਿ ਇੱਥੇ ਪੁੱਛੇ ਵੀ ਨਹੀਂ ਅੱਛਾ ਪੁੱਛੇ ਗਿਆ ਨਹੀਂ ਇਹ ਬੜੇ ਸਾਰੇ ਕਿਸਾਨ ਦੇ ਮੇਲੇ ਹੁੰਦੇ ਤੇ ਜਿਹੜੇ ਕਿਸਾਨਾ ਹੀ ਹੁੰਦਾ ਆਪਣੀ ਸਬਜ਼ੀਆਂ ਲਾਣ ਦਾ ਜਿਹੜਾ ਆ ਉਹ ਐਗਜ਼ਿਬਿਸ਼ਨ ਲਾਣ ਦਾ ਮੌਕਾ ਮਿਲਦਾ ਕਿ ਤੁਹਾਨੂੰ ਕਦੀ ਆਪਣੇ ਐਗਜ਼ਿਬਿਸ਼ਨ ਚ ਦਸੀਏ ਰੰਗ-ਬਰੰਗੇ ਸਬਜ਼ੀ ਨਹੀਂ ਨਹੀਂ ਮੈਂ ਨਹੀਂ ਦਸੀਏ ਤੇ ਜਿਹੜਾ ਨੀਲਾ ਤੇ ਪੀਲਾ ਗੋਭੀ ਲਾਦਾ ਤੋ ਹੈ ਇਹ ਪਹਿਲੀ ਵਾਰ ਲਾਇਆ ਕਿ ਇਸ ਤੋਂ ਪਹਿਲਾਂ ਵੀ ਲਾਣੇ ਉਹਨੇ ਬੜੀ ਵਾਰ ਇਹ ਪਹਿਲੀ ਵਾਰ ਹੀ ਲਾਇਆ ਹੈ ਪਹਿਲੀ ਵਾਰ ਲਾਇਆ ਇਸੀ ਵਾਰ ਮੈਂ ਲਾਇਆ ਥੋੜਾ ਕੋਈ 10 ਮਰਲੇ ਜਗ੍ਹਾ ਚ ਲਾਇਆ ਹੈ ਐਕਚੁਅਲੀ ਥੋੜਾ ਹੀ ਡੈਮੋ ਕੀਤਾ ਕਿ ਹੁੰਦੀ ਵੀ ਇਹ ਚੀਜ਼ ਨਹੀਂ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਹ ਮੈਥਲ ਲਗਾਈਏ ਦੇਖਿਆ ਤੇ ਪੀਲੇ ਸਾ ਅੱਛਾ ਆਇਆ ਤੇ ਇਸ ਸਵਾਲ ਮੈਂ ਕੋਈ ਜਾਰਗਨਲ ਚ ਲਗਾਇਆ ਅੱਛਾ ਤੇ ਇਹ ਇਹਦੇ ਵਾਸਤੇ ਕੋਈ ਸਪੈਸ਼ਲ ਫਰਟੀਲਾਈਜੇਸ਼ਨ ਜ਼ਮੀਨ ਚਾਹੀਦੀ ਹੈ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਫਰਟੀਲਾਈਜ਼ਰ ਨਹੀਂ ਹੈ ਜਿਹੜਾ ਥੋੜਾ ਮੈਨੂਰ ਹੁੰਦਾ ਨਾ ਉਹੋ ਹੀ ਦੇਣਾ ਜਿਵੇਂ ਤੁਸੀਂ ਬਾਕੀ ਗੋਭੀ ਵਿੱਚ ਵਾਈਟ ਕਲਰ ਦੀ ਗੋਭੀ ਹੈ ਉਸੇ ਦਿਂਦੇ ਉਹੋ ਏਸੀ ਲਗਣਾ ਤੇ ਚਿੱਟੀ ਗੋਭੀ ਤੇ ਇੰਦੀ ਜਿਹੜੀ ਪੀਲੀ ਨੀਲੀ ਗੋਭੀ ਹੈ ਇਹਦੇ ਫਰਕ ਕੀ ਹੈ ਕੋਈ ਸਪੈਸ਼ਲ ਸਪੈਸੀਫਿਕੇਸ਼ਨ ਹੈ ਦੀ ਇਹ ਇਹਦੇ ਵਿੱਚ ਇਹ ਚੀਜ਼ ਹੈ ਨਾ ਜਿਹੜੀ ਥੋੜੀ ਆਈ ਚਿੱਟੀ ਗੋਭੀ ਹਾਂ ਉਹ ਤੇ ਆਮ ਹੋਈ ਹਾਂਜੀ ਤੇ ਉਹਨੇ ਪੀਲੀ ਤੇ ਪਰਪਲ ਕਲਰ ਦੀ ਆ ਨਾ ਇਹ ਹੈ ਬਾਇਓ ਫਾਰਟੀਫਾਈਡ ਗੋਭੀ ਹੈ ਅੱਛਾ ਇਹਦੇ ਕਨੇ ਕਾਫੀ ਬਿਮਾਰੀਆਂ ਥੋੜੀ ਜਿੰਨੀ ਵੀ ਹੈ ਕੈਂਸਰ ਦੀ ਜਿਹੜੀ ਵੱਡੀ ਵੱਡੀ ਬਿਮਾਰੀ ਹੈ ਉਹ ਵੀ ਠੀਕ ਹੋਈ ਸਕਦੀ ਹੈ ਅੱਛਾ ਕੈਂਸਰ ਦੀ ਇਹ ਤੁਸੀਂ ਕੋਈ ਸਪੈਸਿਫਿਕ ਪੜੇ ਦਾ ਜਾਂ ਕੋਈ YouTube ਵਗੈਰਾ ਕੋਈ ਪੜੇ ਦਾ ਤਾਂ ਹਾਂਜੀ ਅੱਛਾ ਇਹ YouTube ਪਰ Facebook 'ਰੋਂ ਪੜੇਗਾ ਅੱਛਾ ਤੁਸੀਂ YouTube Facebook ਪਰ ਪੜਿਆ ਕਿ ਇਹ ਇਸ ਨਾਰੇ ਕੀ ਜਿਹੜੀ ਕੈਂਸਰ ਤੇ ਜਿਹੜਾ ਭਾਅ ਐ ਸਬਜੀ ਦਾ ਇਹ ਪੀਲੀ ਤੇ ਨੀਲੀ ਗੋਭੀ ਇਹ ਚਿੱਟੀ ਗੋਭੀ ਜਿੰਨਾ ਕੇ ਜਾਂ ਬਖਰਾ ਭਾਅ ਆ ਇਹਦਾ ਐਕਚੁਅਲੀ ਮੈਂ ਕੋਤੋਂ ਭਾਅ ਨਹੀਂ ਦੇਖਿਆ ਦਾ ਇਹ ਮੇਰਾ ਹੀ ਰੇਟ ਐ ਅੱਛਾ ਆਪਣਾ ਰੇਟ ਲਾਦਾ ਆਪਣਾ ਰੇਟ ਲਾਦਾ ਯਾਨੀ ਕਿ ਜਿਹੜੀ ਦੋਈ ਗੋਭੀ 35-40 ਰੁਪਇਆ ਵਾਈਟ ਕਲਰ ਦੀ ਸਫੇਦ ਕਲਰ ਦੀ ਇਹਦਾ 80 ਰੁਪਏ ਆ ਇਹਦਾ 80 ਕੀ ਕਿ ਇਹਦਾ 20 ਵੀ ਮਹਿੰਗਾ ਐ ਇਹ ਤਾਂ 20 ਵੀ ਮਹਿੰਗਾ ਐ ਇਹਦਾ 20 ਕੋਈ 2 ਰੁਪਏ ਕਾਸਟ ਪੈਂਦਾ ਇੱਕ ਵੀ ਅੱਛਾ ਇੱਕ ਵੀ 2 ਰੁਪਏ ਕਾਸਟ ਤੇ ਉਹ ਨਾਨੇ ਵਾਲੇ ਸੀਜ਼ਨ ਵਾਈਜ਼ ਤੋਂ ਹੈ ਜਿਹੜੇ ਤੁਹਾਨੂੰ ਆਖੇ ਕਿ ਬਖਰੀ ਬਖਰੀਆਂ ਹੋਰ ਵੀ ਸਬਜ਼ੀਆਂ ਲਾਨੀਆਂ ਤੇ ਮ ਤੇ ਅਗਰ ਉਹਨੇ ਕੋਈ ਤੁਹਾਡੇ ਕੋਲ ਸਲਾਹ ਲੈਣੀ ਹੋਵੇ ਗੋਭੀ ਦੇ ਬਾਰੇ ਜਾਂ ਕੋਈ ਹੋਰ ਜੀਆਂ ਤੁਸ ਸੁਣਾਇਆ ਬਖਰੀ ਬਖਰੀ ਤੋਂ ਹੈ ਟਮਾਟਰ ਲਾਣੇ ਨਾ ਕਰੇਲੇ ਵੀ ਤੁਸ ਸੁਣਾ ਦੇ ਹੀ ਬਖਰੇ ਰੰਗ ਦੇ ਆਣੇ ਕਿਹੜੇ ਕਿਹੜੇ ਰੰਗ ਦੇ ਕਰੇਲੇ ਆ ਕਰੇਲਾ ਆਣਾ ਮੇਰੇ ਕੋਲ ਵਾਈਟ ਕਲਰ ਦਾ ਸਫੇਦ ਰੰਗ ਦਾ ਹਾਂਜੀ ਹਾਂ ਇਹ ਕਠੂਏ ਚ ਹੋਰ ਵੀ ਗੁੱਸਨਾ ਲਾਇਆ ਵੀ ਕਿ ਤੁਸੀਂ ਇਕੱਲੇ ਹੋ ਜੁਨੇ ਛੜੇ ਲੈ ਮੈਂ ਕਿ ਪੂਰੀ ਸਟੇਟ ਜੰਮੂ ਦੇ ਕਸ਼ਮੀਰ ਦੇ ਵਿੱਚ ਕੋਈ ਸੇ ਗੋਲ ਨਹੀਂ ਹੈ ਜਿਹੜਾ ਪਰਪਲ ਗੋਭੀ ਦਾ ਜਲੂ ਇਹ ਮੈਂ ਵੀ ਅੱਜ ਕਠੂਏ ਕੇ ਦੇਖਿਆ ਤੇ ਮੈਂ ਪਰੇਸ਼ਾਨ ਹੋਈ ਜੰਮੂ ਤੇ ਮੈਂ ਕਦੀ ਦੇਖਿਆ ਨਹੀਂ ਕਿ ਇਹ ਨੀਲਾ ਪੀਲਾ ਗੋਭੀ ਦਿਖਨੇ ਮਿਲਦਾ ਚਿੱਟਾ ਦੇ ਹਸਾਲਾ ਵੇ ਗੁਲਾਮ ਹੋਈ ਇਹਦਾ ਤੇ ਉਈ ਗੋਭੀ ਦਿਖਨੇ ਮਿਲਦਾ ਤੇ ਮੈਂ ਆਪਣਾ ਕੰਟੈਕਟ ਨੰਬਰ ਸਨਾਈ ਦੇਉਂ ਅਗਰ ਕੋਈ ਸੇ ভিউਅਰਸ ਨੇ ਤੁਹਾਡੇ ਕੋਲ ਕੋਈ ਰਾਏ ਲੈਣੀ ਹੋਵੇ ਕਿ ਕੁਦਰੋ ਬੀ ਲਿਆ ਕਿੰਨਾ ਲਾਣਾ ਕਿੰਨੀ ਕਿੰਨੀ ਜਗਾ ਇਹਦਾ ਵੀ ਬੜੇ ਬੜੇ ਹਿਸਾਬ ਹੁੰਦੇ ਤੇ ਆਪਣਾ ਨੰਬਰ ਸਨਾਈ ਦਿਓ ਕੋਈ ਵੀ ਕਿਸਾਨ ਅਗਰ ਕਿਸੇ ਵੀ ਚਾਲੀ ਦੀ ਕੋਈ ਮਦਦ ਚਾਹੀਦੀ ਹੋਵੇ ਮੇਰਾ ਕੰਟੈਕਟ ਨੰਬਰ ਹੈ 788974165 ਮੈਿਕਵਰੀ ਉਹ ਤੁਹਾਨੂੰ ਬੋਲੀ ਦਿੰਨਾ 788974165 ਕੋਸਲੇ ਵੀ ਮੈਗੀ ਕੰਟੈਕਟ ਕਰ ਸਕਦਾ ਇਹਨੇ ਸਨਾਈਡ ਹੈ ਜੀਆਂ ਕਿ ਇਹ ਜਿਹੜੇ ਨਾ ਸਬਜ਼ੀਆਂ ਵਾ ਇਹਨੇ ਆਪੂ YouTube ਪਰ ਦਿਖਿਆ ਜਿਹੜਾ ਸ਼ੌਕ ਪਿਆ ਹਾ ਤੇ ਇਹਨਾਂ ਜਿਹੜੀ ਬੜੀਆਂ ਸਬਜ਼ੀਆਂ ਲਾਉਂਦੀਆਂ ਉਹਨੇ ਕਿ ਸੀਜ਼ਨਲ ਵਾਈਜ਼ ਜਿਹੜੀ ਹੋਰ ਵੀ ਸਬਜ਼ੀਆਂ ਆ ਗਈਆਂ ਇਹਨਾਂ ਰੰਗ-ਬਰੰਗੀਏ ਟਮਾਟਰ, ਕarele, ਖੀਰੇ ਵੱਖਰੇ-ਵੱਖਰੇ ਰੰਗ ਦੇ ਲਾਣੇ ਆ। ਇਹਦਾ ਆਖਣਾ ਕਿ ਇਹਨਾਂ ਕੋਈ ਐਗਰੀਕਲਚਰ ਡਿਪਾਰਟਮੈਂਟ ਕੋਲੋਂ ਕੋਈ سپورਟ ਨਹੀਂ ਲਈ ਦੀ। ਕੀ ਤੁਸੀਂ ਕਦੀ ਕੋਈ ਗੱਲ ਨਹੀਂ ਕੀਤੀ ਐਗਰੀਕਲਚਰ ਡਿਪਾਰਟਮੈਂਟ ਕਰਨੇ ਕਿ ਅਪੂਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਐਕਚੁਅਲੀ ਮੇਗੀ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਅੱਛਾ ਮੌਕਾ ਨਹੀਂ ਮਿਲਿਆ ਟਾਈਮ ਲੱਗਦਾ। ਇੱਥੇ ਗਿਆ ਲਾਣਾ ਤੇ ਪਤਾ ਨਹੀਂ ਕਿਸਲੇ ਫੋਨ ਆਈ ਨਾ ਹੁਣ ਮੈਂ ਸਵੇਰੇ ਰੋਟੀ ਖਾਣ ਲੱਗਾ ਤੇ ਦੋ ਕਸਮਰ ਦਾ ਫੋ ਉਸ ਰੋਟੀ ਵੀ ਛੱਡੀ ਫਿਰ ਤੋੜਾ ਫੋਨ ਆਈ ਆ ਫਿਰ ਮੋੜੀ ਗਿਆ ਘਰੇ ਮੈਂ ਰੋਟੀ ਖਾ ਤੇ ਇੱਕ ਕਸਟਮਰ ਹੋ ਰਹੀ ਆ ਬਸ ਇਹ ਚੱਕਰ ਹੈ ਕਿ ਟਾਈਮ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਜ਼ਿੰਮੇਵਾਰੀ ਤਾਂ ਟਾਈਮ ਤੇ ਹੁੰਦਾ ਹੀ ਨਹੀਂ ਪਰਮਾਨੈਂਟ ਕਸਟਮਰ ਹੈ ਜਿਹੜੇ ਵੀ ਆਂਦੇ ਇੱਥੋਂ ਆਈ ਆ ਪਰਮਾਨੈਂਟ ਪਰਮਾਨੈਂਟ ਉਹਨ ਵੀ ਆਂਦਿਆਂ ਦੇ ਰਸਤੇ ਮੈਡਮ ਦਾ ਫੋਨ ਆਇਆ ਅਰਲੀ ਅਰਲੀ ਮੋੜ ਮੈਡਮ ਅਰਲੀ ਮੋੜ ਰਹੀ ਆਣੇ ਲੈਣਾ ਅੱਛਾ ਮਨੇ ਕਹ ਕੋਈ ਗੱਲ ਨਹੀਂ ਆਈ ਤੁਸੀਂ ਆਈ ਹੋ ਅੱਛਾ ਸਾਰੀ ਹੋਰ ਕੋਈ ਕੈਮੀਕਲ ਨਹੀਂ ਹੈ ਕੋਈ ਇਹਦੇ ਚ ਕੀਟਨਾਸ਼ਕ ਨਹੀਂ ਹੈ ਸਾਰੀ ਸਪਰੇ ਵਗੈਰਾ ਦੇ ਕਰਦੇ ਕੋਈ ਸਪਰੇ ਸਿਰਫ ਆਪਣੀ ਗੋਮੂਤਰ ਦੀ ਤੇ ਨਹੀਂ ਮਾਇਲ ਦੀ ਸਪਰੇ ਚਲਦੀ ਸਾਰੀ ਆਰਗੇਨਿਕ ਸਪਰੇ ਵੀ ਐਲਵੀ ਐਲਵੀ ਇਹਦਾ ਅੱਖ ਨੇ ਕਿ ਜਿੰਨੇ ਵੀ ਇਹਦੇ ਕਸਟਮਰ ਨੇ ਰੈਗੂਲਰ ਕਸਟਮਰ ਨੇ ਇਹਨੇ ਕਦੀ ਮੌਕਾ ਨਹੀਂ ਮਿਲਿਆ ਕਿ ਇਹ ਮੰਡੀਆਂ ਚ ਆਪਣੀ ਜਿਹੜੀ ਸਬਜੀ ਦੀ ਹੈ ਨਵੈਸ਼ ਲਾਚਾ ਹੈ ਜਾਂ ਜਿਹੜੇ ਕਿਸਾਨਾਂ ਦੇ ਮੇਲੇ ਲੱਗਦੇ ਨੇ ਉੱਥੇ ਇਹ ਆਪਣੀ ਜਿਹੜੀ ਸਬਜ਼ੀਆਂ ਉੱਥੇ ਰੱਖਣ ਪਾਚਾ ਇੱਕ ਤੇ ਇਹਨੇ ਕਿਸਾਨਾਂ ਹੀ ਆਪਣੇ ਖੇਤਰੋਂ ਟਾਈਮ ਨਹੀਂ ਲੱਗਦਾ ਤੇ ਦੂਜਾ ਜਿਹੜੇ ਵੀ ਇਹਦੇ ਗਾਹਕ ਨੇ ਉਹ ਸਾਰੇ ਇਹਦੇ ਲੋਕਲ ਗਾਗ ਨੇ ਤੇ ਜਿੰਨੇ ਵੀ ਗਾਕ ਨੂੰ ਖੇਤੋਂ ਆਈਏ ਕਿ ਸਬਜ਼ੀ ਲਈ ਜਾਂਦੇ ਆ ਤੈਹੀ ਉਹ ਨਹੀਂ ਜਿਹੜਾ ਮੌਕਾ ਹੋ ਕੇ ਦੀ ਬਾਜ਼ਾਰ ਚ ਦੱਸਣ ਦਾ ਨਹੀਂ ਮਿਲਿਆ ਕਿ ਇਹ ਜਿਹੜੀ ਸਬਜ਼ੀਆਂ ਨੇ ਰੰਗ ਬਰੰਗੀਆਂ ਮੈਂ ਹੋਰ ਵੀ ਕਿਸਾਨ ਭਾਈਆਂ ਯਾਗੀ ਜੁਨੇ ਵੀ ਇਹ ਰੰਗ ਬਰੰਗੀਆਂ ਗੋਭੀ ਆ ਹੋਰ ਜੀਆਂ ਟਮਾਟਰ ਵਗੈਰਾ ਲਾਣਿਓ ਤੇ ਇਹਨਾਂ ਸੋਨੂ ਜੀ ਹੋਰ ਆਪਣਾ ਨੰਬਰ ਦੱਸਿਆ ਇਹਨੇ ਇੱਕ ਵਾਰ ਕੰਟੈਕਟ ਕਰੀਏ ਪੁੱਛੋ ਕਿ ਇਹ ਕਿੰਨਾਂ ਲਈ ਹੈ ਕੁਦਰੋ ਬੀ ਲਿਆ ਤੇ ਇਹਨੇ ਜਿਹੜਾ ਪੂਰਾ ਨੌਲੇਜ ਹੈ